ਬਾਈ ਰਾਜਸਥਾਨ ਦੀ ਜ਼ਿਮੀਦਾਰੀ ਦਿਖਾਉਂਦੇ ਹਾਂ ਤੁਹਾਨੂੰ, ਕਿਸ ਤਰ੍ਹਾਂ ਕਿਸਾਨ ਆ ਜਿਹੜੇ ਉਹ ਆਪਣੀ ਜੱਦੋ ਜਹਿਦ ਕਰਦੇ ਨੇ। ਬਾਈ ਜੀ, ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਇਹ ਕਿਸਾਨ ਦਾ ਡੇਰਾ। ਇਹ ਭਾਈ ਸਾਹਿਬ, ਤੁਹਾਡਾ ਨਾਮ ਕੀ ਹੈ ਜੀ? ਮਲੂਕ ਖਾਨ। ਮਲੂਕ ਖਾਨ, ਬਹੁਤ ਘੈਂਟ ਬੰਦੇ ਨੇ, ਬੜੇ ਨਾਈਸ ਪਰਸਨ ਨੇ। ਅਸੀਂ ਇੱਥੇ ਆਏ ਸੀਗੇ, ਇੱਥੇ ਨਾ ਸਾਡੇ ਮਤਲਬ ਕਿ ਜਾਣ ਪਹਿਚਾਣ ਵਾਲੇ ਉਹ ਅੱਗੇ ਖੇਤਾਂ ਦੇ ਵਿੱਚ ਸੀਗੇ। ਇੱਥੇ ਜਿਵੇਂ ਢਾਣੀਆਂ ਹੁੰਦੀਆਂ ਨੇ, ਢਾਣੀਆਂ ਕੀ ਆ, ਖੇਤਾਂ ਦੇ ਵਿੱਚ ਨਾ ਕੋਈ ਪਹੀ ਨਾ ਕੋਈ ਰਸਤਾ, ਅਤੇ ਸਾਨੂੰ ਲੋਕੇਸ਼ਨ ਭੇਜੀ ਸੀ ਉਹਨਾਂ ਨੇ, ਸਾਨੂੰ ਲੋਕੇਸ਼ਨ ਇੱਥੇ ਖੜਾਤਾ। ਅਸੀਂ ਇਹਨਾਂ ਨਾਲ ਗੱਲ ਕਰਵਾਈ, ਫਿਰ ਇਹਨਾਂ ਨੇ ਉਹ ਸਾਨੂੰ ਮਾਰਗ ਦਰਸ਼ਨ ਕਰਿਆ। ਇਹ ਆਪਣੇ ਇਸ ਟਰੈਕਟਰ ਦੇ ਉੱਤੇ ਬਿਠਾ ਕੇ ਸਾਨੂੰ ਖੇਤਾਂ ਦੇ ਵਿੱਚ ਦੀ ਉਹ ਕਾਫੀ, ਮੇਰੀ ਨਾ ਉਂਗਲ ਜਾਂਦੀ ਹੈ ਜਿੱਥੇ, ਉੱਥੇ ਮੈਂ ਥੋੜ੍ਹਾ ਜਿਹਾ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਆਹ ਜਗ੍ਹਾ ਦੇ ਉੱਤੇ ਆ, ਜਿੱਥੇ ਨੀਲੀ ਨੀਲੀ ਉਹ ਮਤਲਬ ਤੰਬੂ ਜਿਹਾ ਲੱਗ ਰਿਹਾ, ਥੋੜ੍ਹਾ ਥੋੜ੍ਹਾ ਚਮਕਦਾ ਹੋਊਗਾ ਜੀ, ਚਮਕਦਾ ਹੋਊਗਾ ਨਾ। ਇਹ ਕਿੱਥੇ ਜੇ ਹੈ? ਆਹ ਜਗ੍ਹਾ ਜੀ 'ਤੇ, ਆਹ ਜਗ੍ਹਾ ਜੀ 'ਤੇ ਇੱਥੇ ਲੈ ਕੇ ਗਏ ਨੇ। ਸੋ ਆਪਾਂ ਹੁਣ ਮੇਨ ਗੱਲ ਕਰਦੇ ਹਾਂ ਇੱਥੇ ਖੇਤੀ ਦੀ। ਖੇਤੀ ਬਾਈ ਇਸ ਬਗੋਲ ਹੈ ਅਤੇ ਨਾਲ ਹੈ ਜਿਹੜਾ ਚਣੇ ਨੇਗੇ, ਅਤੇ ਇਹ ਖੇਤੀ ਕਿਵੇਂ ਹੁੰਦੀ ਹੈ, ਕੀ ਹਿਸਾਬ ਨਾਲ ਹੁੰਦੀ ਹੈ, ਕੀ ਗੱਲਬਾਤ ਆ, ਸਾਰੀ ਆਪਾਂ ਗੱਲ ਕਰਦੇ ਹਾਂ। ਹੋਰ ਸਰ, ਕਿਵੇਂ ਹੋ? ਠੀਕ ਹੋ? ਆਹੋ, ਵਧੀਆ ਸਰ। ਅੱਛਾ, ਕੈਸੇ ਜੀਵਨ ਜਾਪਨ ਕੈਸੇ ਚੱਲਦਾ ਹੈ? ਬੜੀ ਜੱਦੋ ਜਹਿਦ ਹੈ। ਠੀਕ ਚੱਲ ਰਿਹਾ, ਜੋ ਗੁਜ਼ਰ ਰਿਹਾ ਜੋ ਵਾਵਾ। ਅੱਛਾ, ਚਣਾ ਕਿਆ, ਕਹਾਂ ਵੇਚਣਾ ਪੜਤਾ ਹੈ, ਕਿਤਨੇ ਕਿਲੋਮੀਟਰ ਵੇਚ ਕਰਤੇ ਹੋ? ਗਾਓ ਮੇ ਬਾਲਾ ਗਾਓ ਮੇ ਵੇਚਣਾ ਪੜਤਾ ਹੈ ਔਰ ਮੋਨਗੜ ਵੇਚਤੇ ਹੈ। ਮੋਨਗੜ ਵੇਚਤੇ, ਮੋਨਗੜ ਜਹਾਂ ਸੇ 50-60 ਕਿਲੋਮੀਟਰ ਹੈ, ਹੈ ਨਾ। ਔਰ ਅਗਰ ਹਮ ਬਾਤ ਕਰੇਂ ਕਿ ਇਸਕੇ ਰੇਟ ਕੀ ਕਿਆ ਭਾਅ ਵਿਕਤਾ ਹੈ? ਅਬ 5,000-6,000 ਕਾ ਭਾਅ ਹੈ। 5-6,000 ਕਾ? ਇਹ ਬਿੱਘਾ ਕਿ ਮਤਲਬ ਇੱਕ ਬਿੱਘੇ ਮੇਂ ਸੇ ਕਿਤਨੀ ਨਿਕਲ ਜਾਂਦੀ ਹੈ? ਚਨੇ? ਹਾਂ ਚਨੇ। 2-2.5, 2-2.5, 3। 2-2.5, 3 ਕੁਇੰਟਲ? 3। ਔਰ ਇੱਕ ਬਿੱਘਾ ਕਿਤਨੀ ਕਨਾਲ ਕਾ ਹੁੰਦਾ ਹੈ? ਇੱਕ ਬਿੱਘਾ ਤੋਂ ਕਿਤਨੇ, 30x30 ਕਾ? 30x30 ਕਾ? 30 ਫੁੱਟ? 30 ਪਾਉਂਡ ਇੱਧਰ। 30? ਅੱਛਾ, 30 ਪਾਉਂਡ, ਠੀਕ ਹੈ ਠੀਕ ਹੈ। 30 ਪਾਉਂਡ ਕਾ? ਠੀਕ ਹੈ ਦੋਸਤੋ, ਇਹ ਤੁਸੀਂ ਹਿਸਾਬ ਲਾ ਲਿਓ। ਥੋੜ੍ਹਾ ਜਿਹਾ ਦਿਖਾ ਸਕਦੇ ਤੁਹਾਡਾ ਘਰ ਵਗੈਰਾ, ਮਤਲਬ ਇਸ ਤਰ੍ਹਾਂ ਜਿੱਦਾਂ ਜਾਪਣ ਜੀਵਨ ਜਾਪਣ ਹੈਗਾ? ਤਾਂ ਆ ਜਾਓ ਦੋਸਤੋ, ਟਰੈਕਟਰ ਖੜ੍ਹੇ ਨੇ, ਮੋਟਰਸਾਈਕਲ ਨੇ, ਬੜੀ ਮਤਲਬ ਕਿ ਵਧੀਆ ਵਿਵਸਥਾ ਕਰੀ ਹੋਈ ਹੈ ਅਤੇ ਰਹਿਣ ਸਹਿਣ। ਅੱਛਾ, ਪਾਣੀ ਦਾ ਪ੍ਰਬੰਧ ਕੈਸੇ ਹੁੰਦਾ ਹੈ? ਪਾਣੀ ਕੀ ਸਰ ਸਮੱਸਿਆ ਰਹਿਤੀ ਹੈ, ਕਿਉਂਕਿ ਹਮਾਰੇ ਪਾਣੀ ਆਤਾ ਨਹੀਂ, ਨਹਿਰ ਮੇਂ ਛੋੜਤੇ ਨਹੀਂ। ਅੱਛਾ, ਫਿਰ ਇਹ ਫਸਲ ਕੈਸੇ ਪੂਰੀ ਕਰਤੇ ਹੋ? ਲਾਸਟ ਪਾਣੀ ਦਿਆ ਨਹੀਂ ਤਾਂ ਫਸਲ ਕਿਆ ਹੈ ਕਿ ਇੱਕ ਬਿੱਘੇ ਕੇ 4 ਕਾ ਔਰ 5 ਕਾ ਦੇਂਦੇ। ਹਾਂ, ਉਹ ਇੱਕ ਲਾਸਟ ਵਾਲਾ ਪਾਣੀ ਨਹੀਂ ਮਿਲਾ, ਨਹੀਂ ਮਿਲਾ, ਇਸ ਲਈ ਗਿਰ ਗਿਆ ਉਹ। ਕਿਆ ਹੈ ਕਿ ਕਮਜ਼ੋਰ ਹੋ ਗਏ। ਠੀਕ ਹੈ, ਅਬ ਪੀਣੇ ਕਾ ਪਾਣੀ ਆ ਨਹੀਂ, ਹਾਂ ਖਾਲੀ ਹੈ। ਖਾਲੀ ਹੈ ਜੀ। ਅੱਛਾ, ਪਾਣੀ ਲਾਣਾ ਪੜਤਾ ਹੈ ਟੈਂਕਰ ਭਰ ਕੇ? ਟੈਂਕਰ ਸੇ ਹੀ, ਮਤਲਬ ਫੁਹਾਰੋਂ ਸੇ ਦੇਤੇ ਹੋ ਪਾਣੀ? ਟੈਂਕਰ ਸੇ ਲਾ ਕਰ ਫੁਹਾਰੋਂ ਚ ਚਲਾਤੇ ਹੋ? ਪਾਣੀ ਭਰਤੇ ਪੀਣੇ ਕੇ ਲਈ? ਪੀਣੇ ਕੇ ਲਈ। ਫਿਰ ਖੇਤੀ ਕੋ ਕਹਾਂ ਸੇ ਦੇਤੇ ਹੋ? ਖੇਤੀ ਕੋ ਅਬ ਕੁਛ ਨਹੀਂ ਦੇਤੇ, ਬਸ ਅੱਜ ਖਤਮ ਹੋ ਗਈ। ਓ ਕਿਆ, ਸੁੱਕ ਗਏ ਚਣੇ? ਹਾਂ, ਕਟਾਈ ਚੱਲ ਰਹੀ ਹੈ। ਕਟਾਈ ਚੱਲ ਰਹੀ ਹੈ, ਨਹੀਂ ਮਤਲਬ ਕਿ ਅਬ ਜੈਸੇ ਕੋਈ ਕੌਣ ਸੀ ਫਸਲ ਬੀਜੋਗੇ? ਅਬ ਔਰ ਕੁਛ ਨਹੀਂ, ਚਣਾ ਗੁਬਾਰਾ ਬੀਜੇਂਗੇ। ਗੁਬਾਰਾ? ਗੁਬਾਰੇ ਕੋ ਪਾਣੀ ਕਹਾਂ ਸੇ ਦੋਗੇ? ਬਾਰਿਸ਼, ਮਤਲਬ ਬਾਰਿਸ਼ ਕੇ ਭਰੋਸੇ ਹੈ, ਭਗਵਾਨ ਕੇ ਭਰੋਸੇ ਹੈ। ਉਹ ਕਿਆ ਬਾਤ ਹੈ ਦੋਸਤੋ, ਆਹ ਹੁੰਦੀ ਹੈ ਜੱਦੋ ਜਹਿਦ। ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵੀ ਯਾਰ, ਅਸੀਂ ਪੰਜਾਬ 'ਚ ਰਹਿੰਦੇ ਹਾਂ, ਸਾਨੂੰ ਬਹੁਤ ਸਾਰੀਆਂ ਅਜਿਹੀਆਂ ਸਹੂਲਤਾਂ ਮਿਲ ਰਹੀਆਂ ਨੇ ਜਿਹਦੀ ਅਸੀਂ ਕਦਰ ਹੀ ਨਹੀਂ ਕਰਦੇ। ਜਿਵੇਂ ਇੱਕ ਅੱਖਾਂ ਵਾਲਾ ਇਨਸਾਨ ਆਪਣੀਆਂ ਅੱਖਾਂ ਦੀ ਕਦੇ ਕਦਰ ਨਹੀਂ ਕਰਦਾ, ਮੋਟਰਸਾਈਕਲ 'ਤੇ ਜਾਂਦਾ ਉਹ ਕਦੇ ਚੱਜ ਨਾਲ ਚਸ਼ਮਾ ਨਹੀਂ ਲਾਉਂਦਾ, ਬਲਕਿ ਅੱਖ ਦੀ ਕੀਮਤ ਕਿੰਨੀ ਹੈ। ਇਹ ਬਾਈ ਜੀ, ਇੱਕ ਅੰਨੇ ਨੂੰ ਪੁੱਛ ਕੇ ਦੇਖੋ ਜਿਹਨੂੰ ਦੀਨਾ ਨਹੀਂ। ਆਹ ਲਓ ਜੀ, ਇਹ ਇਹਨਾਂ ਦੇ ਟਰੈਕਟਰ ਖੜ੍ਹਾ ਕਰਨ ਦਾ, ਜਿਵੇਂ ਆਪਾਂ ਬਰਾਂਡਾ ਕਹਿ ਦਿੰਦੇ ਹਾਂ, ਇਹ ਹੈ ਉਹੀ ਹੈ ਨਾ। ਆਹ ਤੇਲ ਦੇਖੋ, ਤੇਲ ਪਿਆਗਾ, ਇਹ ਇਹਨਾਂ ਦਾ ਜੀ ਬਰਾਂਡਾ ਹੈ। ਇੱਥੇ ਇਹ ਟਰੈਕਟਰ ਖੜ੍ਹਾ ਕਰਦੇ ਨੇ, ਅਤੇ ਇਹ ਆਪਣਾ ਕਿਆ ਹੈ? ਇਹ ਰਹਿਣੇ ਕੇ ਲਈ ਦੇਖ ਲਏ ਅੰਦਰ ਸੇ? ਠੀਕ ਠੀਕ ਹੈ ਜੀ। ਦੇਖੋ ਬਹੁਤ ਅੱਛੇ ਇਨਸਾਨ ਹੈ ਬਈ, ਹਰ ਜਗ੍ਹਾ ਇਜਾਜ਼ਤ ਦੇ ਰਹੇ ਹੈ ਜੀ, ਹੈ ਨਾ। ਕੋਈ ਚੱਕਰ ਨਹੀਂ ਹੈ, ਕਹੀਂ ਸੇ ਵੀ ਦੇਖੋ ਆਪ। ਇਹ ਹੈ ਜੀ ਇਨਕਾ ਬੈਡਰੂਮ, ਤੋ ਇਹ ਜਹਾਂ ਪੇ ਰਹਿਤੇ ਹੈ ਆਪ ਦੇਖ ਸਕਤੇ ਹੋ। ਸੋਰੀ, ਮੈਂ ਵੀ ਹਿੰਦੀ ਬੋਲਣ ਲੱਗ ਗਿਆ। ਤੇ ਆਹ ਲਓ ਜੀ, ਇਹਨਾਂ ਦਾ ਯਹਾਂ ਪੇ ਕੌਣ ਕੌਣ ਰਹਿਤਾ ਹੈ ਜੀ? ਯਹਾਂ ਮੇਰੇ ਥੇ ਸਾਰੀ ਪੂਰੀ ਫੈਮਿਲੀ। ਵਾਹਿਗੁਰੂ ਜੀ, ਪਰਿਵਾਰ ਰਹਿਤੇ ਹੈ? ਪੂਰਾ ਪਰਿਵਾਰ ਜੀ ਬਈ, ਪੂਰਾ ਪਰਿਵਾਰ ਦੇਖੋ ਇੱਥੇ ਰਹਿੰਦਾ ਹੈ। ਆਪਕੇ ਪਾਸ ਕਿਤਨੇ ਬਿੱਘੇ ਹੈ? ਹਮਾਰੇ ਪਾਸ
हमारे पास घर के बिगी तो है, दो 25 बीघा है जमीन, 25 बीघा घर का है, बाकी और किसी के लिए हुए पाती पे, कोई दूसरी पाती को, तीसरी पाती पे, मतलब टोटल हिस्से पे, हाँ हिस्से पे टोटल कितने हो गए? चार हो गए, 100-150 बीघा हो गए, 150-200 बीघा करते हो आप? ठीक है, क्या बात है भाई, 150-200 बीघे कर देने भाई साहब, हो रही ट्रैक्टर ने, बलैरो पिकअप है, छोटियां गड्डियां तो इतने कोई काम नहीं, साड़ी गड्डी उत्थी खड़ गई सी, कहते भाई ये तो जाएगी नहीं। आ देखो जी बकरी, ये बकरी बेचने के लिए या अपने के लिए? रखने के लिए। अच्छा, बकरी वगैरह मतलब ईद पे बनाते हो, खाते हो? वैसे भी आप बकरी के ही खाते हो वो अपना गोश्त वगैरह? ठीक है जी। आ देखो दोस्तों, बकरियां बकरियां रख रही हैं। अच्छा, शहर यहाँ से कितनी दूर है? शहर तो यहाँ से मोहनगढ़ 70-75 किलोमीटर 75 किलोमीटर और नाथना पड़ जाता है 60-65 किलोमीटर। वो एक ही बात है, किधर भी चले जाओ। तो फिर शहर मतलब कब जाते हो, कोई शहर जाने का कोई है? कोई गाड़ी ले जाते खुद की बस। खाना पीना यहाँ पे क्या करते हो आप? सामान ले आते हो? मतलब महीने में एक आधे बार सामान आ जाए, 15 दिन में 7 दिन में जाएंगे तब इकट्ठा साथ में लाऊंगे। अच्छा, जैसे आप यहाँ पे रहते हो, जैसे हम बोलते हैं कि शहर से ये लाके खा लें, ये पी लें, मतलब वो चीज है या सिंपल खाना ही है? सिंपल रोटी सब्जी दाल। सब्जी तो यही उगा लेते हो? ये नहीं होती है सब्जी तो, मतलब पानी में हो जाती है, अब पानी नहीं, मतलब सभी दाल ही चलती है बस। बाकी शाश उश निकाल लेते हो इसकी, भेड़ की, वो गाय की दूध की, हाँ गाय की दूध की शाश वगैरह। दोस्तों ਇਹ ਆਪਣਾ ਪੁਰਾਣਾ ਪੰਜਾਬ ਜੇ ਆਪਾਂ ਗੱਲ ਕਰੀਏ, ਉਹ ਇੱਥੇ ਜੀਰੇ ਨੇ, ਕਿਉਂ ਜੀ ਕਾਫੀ ਪੁਰਾਣਾ ਸਮਾਂ ਜੀ ਰਹੇ ਹੋ ਆਪ ਯਹਾਂ ਸੇ, ਆਪਾਂ ਆਧੁਨਿਕ ਸਮੇਂ 'ਚ ਚਲੇ ਗਏ। ਦੋਸਤੋ ਇੱਥੇ ਜਿਹੜਾ ਖਾਣਾ ਪੀਣਾ ਇਹਨਾਂ ਦਾ ਜੀਵਨ ਜਾਪਣਾ ਪੁਰਾਣੇ ਤਰੀਕਿਆਂ ਦੇ ਨਾਲ ਹੀ ਹੁੰਦਾ। ਇਹ ਪਾਣੀ ਟੈਂਕਰਾਂ ਦੇ ਨਾਲ ਲਿਆ ਕੇ ਇਹਦੇ 'ਚ ਭਰ ਲੈਂਦੇ ਨੇ, ਅਤੇ ਉਸ ਤੋਂ ਬਾਅਦ ਫਿਰ ਪਾਣੀ ਆ ਜਿਹੜਾ ਉਹ ਮਤਲਬ ਕਿ ਉਹ ਕਰਦੇ ਨੇ, ਇਹ ਹੌਲੀ ਹੌਲੀ ਯੂਜ਼ ਕਰਦੇ ਨੇ। ਦੋਸਤੋ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਵੀ ਯਾਰ ਪਾਣੀ ਦੀ ਕਦਰ ਕਰਿਆ ਕਰੋ, ਹੈ ਨਾ, ਅਤੇ ਮਿੱਟੀ ਦੀ ਕਦਰ ਕਰਿਆ ਕਰੋ, ਖਾਸ ਕਰਕੇ ਨਾ ਜਿਹੜੀ ਆਪਣੀ ਮਿੱਟੀ ਹੈ ਉਹਦੀ ਕਦਰ ਕਰਿਆ ਕਰੋ ਯਾਰ। ਪਰਮਾਤਮਾ ਨੇ ਨਾ ਆਪਾਂ ਨੂੰ ਸੱਚੀ ਸੌਣ ਲੱਗੇ, ਪਰਮਾਤਮਾ ਨੇ ਆਪਾਂ ਨੂੰ ਬਹੁਤ ਵੱਡਾ ਬਰ ਦਿੱਤਾ ਹੈ, ਕਿਉਂਕਿ ਸਾਡੇ ਬਜ਼ੁਰਗਾਂ ਨੂੰ ਇੰਨੀ ਤਾਕਤ ਦਿੱਤੀ ਕਿ ਉਹਨਾਂ ਨੇ ਜਿਹੜੇ ਟਿੱਬੇ ਸੀ ਉਹ ਚੱਕ ਚੱਕ ਕੇ ਸਾਰੀ ਫਸਲ ਹੈ ਜਿਹੜੀ ਉੱਥੇ ਸਾਰੀ ਜ਼ਮੀਨ ਆ ਉਹ ਖੇਤੀ ਜੋਗੀ ਕਰੀ। ਸਾਡੇ ਬਜ਼ੁਰਗ ਐਡੇ ਤਾਕੜੇ ਸਾਨੂੰ ਮਿਲੇ, ਉਹ ਸਾਨੂੰ ਖੇਤੀ ਜੋਗੀ ਕਰਕੇ ਗਏ ਨੇ, ਅਤੇ ਅਸੀਂ ਬਾਈ ਜੀ ਨਾ ਤਾਂ ਮਿੱਟੀ ਨੂੰ ਛੱਡਿਆ ਹੈ ਨਾ ਖਾਣ ਪੀਣ ਮਤਲਬ ਕਿ ਉਗਾਉਣ ਦੇ ਲਾਇਕ, ਨਾ ਹੀ ਅਸੀਂ ਪਾਣੀ ਨੂੰ ਛੱਡ ਰਹੇ ਹਾਂ। ਸੋ ਮੈਂ ਕਹਿਣਾ ਯਾਰ ਵੀ ਆਪਣੇ ਬਜ਼ੁਰਗ ਲਾਲਾ ਉਹ ਵੀ ਸਾਨੂੰ ਇੱਕ ਵਿਰਾਸਤ 'ਚ ਮਿਲੇ ਨੇ, ਅਤੇ ਸਾਨੂੰ ਧਰਤੀ ਵੀ ਵਿਰਾਸਤ 'ਚ ਮਿਲੀ ਹੈ। ਸਾਡੀ ਜਿਹੜੀ ਧਰਤੀ ਉਗਾਊ ਸੀ ਉਹ ਤਾਂ ਠੀਕ ਹੈ, ਜਿਹੜੀ ਨਹੀਂ ਉਗਾਊ ਸੀ ਉਹ ਸਾਡੇ ਬਜ਼ੁਰਗਾਂ ਨੇ ਕਰਤੀ। ਯਾਰ ਧਰਤੀ ਦਾ ਅਤੇ ਪਾਣੀ ਦਾ ਨਾ ਪੂਰਾ ਕਦਰ ਕਰਿਆ ਕਰੋ ਬਾਈ। ਆਹ ਦੇਖ ਲਓ ਮੈਂ ਜਦੋਂ ਜਿਹ ਦਿਖਾ ਰਿਹਾ, ਇੱਕ ਵੀਡੀਓ ਹੋਰ ਬਣਾਈ ਹੈ, ਸ਼ਾਇਦ ਪਹਿਲਾਂ ਮੈਂ ਇਹ ਪਾਤੀ, ਪਤਾ ਨਹੀਂ ਉਹ ਪਾਤੀ ਜਾਂ ਨਹੀਂ ਮੈਂ ਪਾਊਂਗਾ ਨਾ। ਜਦੋਂ ਜਿਹ ਮੈਂ ਦਿਖਾ ਰਿਹਾ ਰਾਜਸਥਾਨ ਦੇ ਬਾਈ ਟਿੱਬਿਆਂ ਦੇ ਵਿੱਚ ਹੈ, ਲੋਕੇਸ਼ਨ ਨੇ ਲਿਆ ਕੇ ਇੱਥੇ ਛੱਡਤਾ ਸੀ ਬਾਈ ਜੀ, ਇੱਥੇ ਆ ਕੇ ਖੜ ਗਈ, ਕਹਿੰਦੀ ਇੱਧਰ ਜਾਓ ਤੁਰ ਕੇ। ਹੁਣ ਤੁਰ ਕੇ ਉਹ ਐਡੀ ਦੂਰ ਜਾਣਾ ਪੈਂਦਾ ਬਾਈ ਜੀ, ਕੋਈ ਰਾਹ ਨਹੀਂ ਹੈਗਾ। ਹਾਲਾਂਕਿ ਘਰ ਨੇ ਢਾਣੀਆਂ ਨੇ, ਉਹ ਢਾਣੀਆਂ ਅੱਗੇ ਹੋਰ ਢਾਣੀਆਂ ਨੇ, 3-4 ਤੁਰਕੀ ਜਾਣਾ ਪਊਗਾ। ਟਰੈਕਟਰ ਤਾਂ ਚਲਿਆ ਜਾਊ ਬਾਈ ਜੀ, ਮੋਟਰਸਾਈਕਲ ਜਾਂ ਕਾਰ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਜਾਣ ਦਾ। ਸੋ ਬਾਈ ਜੀ ਆਪਾਂ ਤਾਂ ਬਹੁਤ ਵਧੀਆ ਤਰੀਕੇ ਨਾਲ ਬਹੁਤ ਸੋਹਣੀ ਜ਼ਿੰਦਗੀ ਬਸਰ ਕਰ ਰਹੇ ਹਾਂ। ਸੋ ਜਿਹੜੀ ਜ਼ਿੰਦਗੀ ਮਿਲੀ ਉਹਦੀ ਕਦਰ ਕਰਿਆ ਕਰੋ ਬਾਈ ਜੀ, ਮਿੱਟੀ ਦੀ ਪਾਣੀ ਦੀ ਕਦਰ ਕਰਿਆ ਕਰੋ, ਅਤੇ ਆਹ ਦੇਖ ਲਓ ਕਿੱਦਾਂ ਜੱਦੋ ਜਹਿਦ ਕਰ ਰਹੇ ਨੇ ਇੱਥੋਂ ਦੇ ਕਿਸਾਨ ਲਾਲਾ, ਇੱਥੋਂ ਦਾ ਜੀਵਨ ਜਾਪ ਲਾ ਲਓ। ਤਾਂ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ, ਠੀਕ ਹੈ ਜੀ, ਓਕੇ ਜੀ।
ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਹ ਲੋਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ 99155 58 9